नमस्कार, आप देख रहे हैं प्राइम न्यूज 24। मैं हूं आपके साथ श्वेता सिंह। अपनी मांगों को लेकर वाटर सप्लाई एंड सैनिटेशन कॉन्ट्रैक्ट वर्करों ने मांगों को लेकर कैबिनेट मंत्री त्रिपत बाजवा के शहर कादियान में धरना लगाया। वहीं प्रशासन ने 7 जनवरी सुबह 9:30 बजे मंत्री बाजवा से मीटिंग का लिखित में दिया। वर्करों की चेतावनी, अगर 7 की मीटिंग में भी नतीजा नहीं निकल पाया तो पंजाब सरकार की तरफ से इस मामले में बनाई गई 5 मंत्रियों की सब कमेटी में शामिल मंत्रियों के घरों का भी घेराव किया जाएगा। आने वाले समय में कांग्रेसी लीडर को गाँवों से भगाएंगे। अपनी मांगों को लेकर कैबिनेट मंत्री त्रिपत बाजवा के शहर कादियान में उनकी कोठी के सामने बैठे कर्मचारियों ने कहा कि पिछले करीब 15 सालों से वहां ठेके पर काम कर रहे हैं। पक्के करने की मांग वही कई बार पंजाब सरकार से कर रहे हैं, लेकिन सरकार हर बार उनकी मांगों को टालती नजर आ रही है। हालांकि पंजाब सरकार ने इस मामले में 5 मंत्रियों की सब कमेटी बना रखी है और कई मीटिंग हो चुकी है। हारकर इन मंत्रियों में घरों का घेराव करने के लिए कोई ईस नहीं है, जबकि हमारे जबरदस्त विरोध के कारण अब 7 जनवरी को चंडीगढ़ मंत्री बाजवा के घर के सामने मीटिंग का समय लिखित में दिया गया है। वहीं इस मामले में कादियान के नायब तहसीलदार ने कहा कि कर्मचारियों को मंत्री बाजवा से समय से लिखित में 7 जनवरी को मंत्री साहब के घर चंडीगढ़ का दिया है। ਸਾਡਾ ਜਿਹੜਾ ਅੱਜ ਦਾ ਧਰਨਾ ਲਾਇਆ, ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਮੰਗ ਸੀ ਸਾਡੀ। 11 ਪਹਿਲਾ ਮਹੀਨਾ 2018 ਦੀ ਪ੍ਰਪੋਜ਼ਲ ਬਣੀ ਆ ਸਾਨੂੰ ਮਹਿਕਮੇ 'ਚ ਕੰਟਰੈਕਟ 'ਤੇ ਕਰਨ ਦੀ। ਉਦੋਂ ਮੰਤਰੀ ਬਾਜਵਾ ਸੀ ਹੁੰਦੇ ਸੀ ਜਲ ਸਪਲਾਈ ਮੰਤਰੀ, ਅਤੇ ਹੁਣ ਸਬ ਕਮੇਟੀ ਦੇ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਚੇਅਰਮੈਨ ਨੇ। ਇਹ ਕਮੇਟੀ ਦੇ ਵਿੱਚ ਅਸੀਂ ਮੰਗ ਕਰਨ ਆਏ ਸੀ ਇਹਨਾਂ ਕੋਲ ਵੀ ਸਾਡੀਆਂ ਜਿਹੜੀ ਇਹ ਪ੍ਰਪੋਜ਼ਲ ਆ ਉਹ ਸਾਡੀ ਲਾਗੂ ਕੀਤੀ ਜਾਵੇ, ਪਰ ਬਾਜਵਾ ਸਾਹਿਬ ਨੇ ਕਈ ਮੀਟਿੰਗਾਂ ਸਾਡੇ ਨਾਲ ਕਰ ਲਈਆਂ, ਨਹੀਂ ਲਾਗੂ ਕੀਤੀ। ਅੱਜ ਅਸੀਂ ਕੋਠੀ ਦਾ ਘਿਰਾਓ ਕੀਤਾ 4 ਜ਼ਿਲ੍ਹਿਆਂ ਵੱਲੋਂ, 4-5 ਜ਼ਿਲ੍ਹੇ ਸਾਡੇ ਅੱਜ ਕੋਠੀ ਦਾ ਘਿਰਾਓ ਕਰਨ ਆਏ ਆ। ਅਤੇ ਕੋਠੀ ਦੇ ਘਿਰਾਓ ਤੋਂ ਬਾਅਦ ਸਾਡੇ ਨਾਲ ਅੱਜ ਫਿਰ ਮੀਟਿੰਗ ਫਿਕਸ ਕੀਤੀ ਆ 9:30 ਵਜੇ 7 ਤਰੀਕ ਦੀ ਉਹਨਾਂ ਦੇ ਸਰਕਾਰੀ ਕੋਠੀ ਦੀ ਰਿਆਇਸ਼ ਦੇ ਅੱਗੇ। ਅਸੀਂ ਉੱਥੇ ਮੰਗ ਕਰਾਂਗੇ ਵੀ ਜਿਹੜੀ ਪ੍ਰਪੋਜ਼ਲ ਤੁਸੀਂ ਬਣਾਈ ਸੀ ਉਸੇ ਪ੍ਰਪੋਜ਼ਲ ਨੂੰ ਸਾਡੀ ਜਲ ਸਪਲਾਈ ਡਿਪਾਰਟਮੈਂਟ 'ਚ ਲਾਗੂ ਕੀਤਾ ਜਾਵੇ। ਜੇਕਰ ਨਹੀਂ ਲਾਗੂ ਕਰਦੇ ਤਾਂ ਸਾਡਾ 11 ਤਰੀਕ ਨੂੰ ਬਠਿੰਡੇ ਮਨਪ੍ਰੀਤ ਕੋਠੀ ਦਾ ਘਿਰਾਓ ਆ, ਅਤੇ 19 ਤਰੀਕ ਨੂੰ ਬ੍ਰਹਮਿੰਦਰ ਦੀ ਕੋਠੀ ਦਾ ਘਿਰਾਓ ਆ, ਅਤੇ 26 ਜਨਵਰੀ ਨੂੰ ਜਿੱਦਣ ਲੋਕ ਇਹ ਕਹਿੰਦੇ ਵੀ ਸੰਵਿਧਾਨ ਲਾਗੂ ਕੀਤਾ ਸੀ ਅਸੀਂ ਉਹ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹੋਈਆਂ ਸਰ, ਕਿਸੇ ਨੂੰ ਸਰਕਾਰੀ ਅਦਾਰੇ ਵੇਚਣ ਲੱਗੇ ਹੋਏ ਆ, ਨੌਕਰੀਆਂ ਕਿਸੇ ਨੂੰ ਦਿੰਦੇ ਨਹੀਂ, ਕਿਸਾਨੀ ਬਰਬਾਦ ਕਰ ਰਹੇ ਆ, ਆਪਣੇ ਮਜ਼ਦੂਰ ਬਰਬਾਦ ਕਰ ਰਹੇ ਆ। ਉਸ ਸੰਵਿਧਾਨ ਵਾਲੇ ਦਿਨ ਜਿੱਥੇ ਝੰਡੇ ਚੜਾਉਣਗੇ, ਅਸੀਂ ਉਸ ਦਿਨ ਆਪਦਾ ਚੰਨੀ ਦੀ ਕੋਠੀ 26 ਜਨਵਰੀ ਨੂੰ ਘਿਰਾਓ ਕਰਕੇ ਮੰਗ ਕਰਾਂਗੇ ਵੀ ਸਾਰੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕਰੋ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ। ਅਸੀਂ ਕਹਿੰਦੇ ਵੀ ਜੋ ਵੀ ਮੰਗ ਮੰਨਣੀ ਹੈ ਸੰਘਰਸ਼ ਦੇ ਦੌਰ 'ਤੇ ਮੰਨਣੀ ਹੈ, ਚਾਹੇ ਪਿਛਲਾ ਦੌਰ ਸੀ ਚਾਹੇ ਚੋਣਾਂ ਦਾ ਦੌਰ ਹੋਵੇ। ਲਾਰੇ ਲੱਪਿਆਂ ਨਾਲ ਚੋਣਾਂ ਕੱਢਣੀਆਂ ਚਾਹੁੰਦੇ ਆ, ਪਰ ਉਹ ਐਤਕੀ ਨਹੀਂ ਹੋਣਾ। ਜਿੱਦਾਂ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਪਿੰਡਾਂ 'ਚੋਂ ਭਜਾਉਂਦੀਆਂ, ਆਈਂ ਅਸੀਂ ਵੀ ਠੇਕਾਂ ਦਾ ਸੰਘਰਸ਼ ਮੋਰਚਾ ਜਿਹੜਾ ਪੰਜਾਬ ਬਣਾਇਆ, ਆਈਂ ਇਹਨਾਂ ਨੂੰ ਪਿੰਡਾਂ 'ਚੋਂ ਭਜਾਵਾਂਗੇ। ਜੇਕਰ ਇਹ ਸਾਡੀਆਂ ਨਹੀਂ ਸੋਚਦੇ ਤਾਂ ਅਸੀਂ ਇਹਨਾਂ ਦਾ ਨਹੀਂ ਸੋਚਦੇ, ਇਹਨਾਂ ਨੂੰ ਬਰੰਗ ਚਿੱਠੀ ਤਰ੍ਹਾਂ ਪਿੰਡਾਂ 'ਚੋਂ ਮੋੜਾਂਗੇ। ਅੱਜ ਜਿਹੜਾ ਘਿਰਾਓ ਕੀਤਾ ਗਿਆ, ਕੀ ਸਿੱਟਾ ਨਿਕਲਿਆ ਜੀ? ਘਿਰਾਓ ਜਿਹੜਾ ਕੀਤਾ ਗਿਆ, ਜਲ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ, ਇੱਕ ਕੰਟੈਕਟ ਬੇਸ ਦੇ ਉੱਤੇ ਜਿਹੜੇ ਸਰਕਾਰ ਰੱਖੇ ਹੋਏ ਆ, ਇਹਨਾਂ ਨੇ ਆਪਣੀ ਮੰਗ ਜਿਹੜੀ ਹੈਗੀ ਆ ਉਹ ਅੱਜ ਮੰਗ ਰੱਖੀ ਹੋਈ ਸੀ ਵੀ ਸਾਨੂੰ ਜਿਹੜਾ ਆ ਸਾਡੀਆਂ ਮੰਗਾਂ ਜਿਹੜੀਆਂ ਆ ਇਹ ਸਾਡੇ ਡਿਪਾਰਟਮੈਂਟ 'ਤੇ ਜਿਹੜੀਆਂ ਪਹੁੰਚਾਈਆਂ ਜਾਣ। ਔਰ ਇਹ ਅੱਜ ਦਾਣਾ ਮੰਡੀ ਤੋਂ ਲੈ ਕੇ ਮੰਤਰੀ ਸਾਹਿਬ ਦੀ ਕੋਠੀ ਤੱਕ ਜਿਹੜਾ ਆਪਣਾ ਲੈ ਕੇ ਆਏ ਸੰਘਰਸ਼ ਨੂੰ, ਔਰ ਅਸੀਂ ਇੱਥੇ ਆ ਕੇ ਇਹਨਾਂ ਦਾ ਮੰਗ ਪੱਤਰ ਲੈਣ ਕਿਹਾ ਵਾਸਤੇ, ਪਰ ਇਹਨਾਂ ਨੇ ਕਿਹਾ ਸੀ ਵੀ ਸਾਡੀ ਜਿਹੜੀ ਹੈ ਮੰਗ ਹੈ ਉਹ ਸਰਦਾਰ ਤ੍ਰਿਪਤ ਰਜਿੰਦਰ ਬਾਜਵਾ ਜੀ ਉਹਨਾਂ ਦੇ ਨਾਲ ਸਾਨੂੰ ਟਾਈਮ ਲੈ ਕੇ ਦਿੱਤਾ ਜਾਵੇ, ਅਤੇ ਸਾਡੇ ਡਿਪਾਰਟਮੈਂਟ ਜਿਹੜੇ ਸਾਡਾ ਮੰਤਰੀ ਸਭਾ ਉਹਨਾਂ ਦੇ ਰਜ਼ੀਆ ਸੁਲਤਾਨ ਮੈਡਮ ਜੀ ਹੈ ਉਹਨਾਂ ਨਾਲ ਵੀ ਟਾਈਮ ਲੈ ਕੇ ਦਿੱਤਾ ਜਾਵੇ। ਔਰ ਫਿਰ ਮੈਂ ਖੁਦ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ ਔਰ ਉਹਨਾਂ ਨੇ ਇਹਨਾਂ ਨੂੰ ਪਰਸੋਂ ਦਾ ਟਾਈਮ ਦਿੱਤਾ ਜਿਹੜਾ ਕਿ ਉੱਥੇ ਮੈਡਮ ਨਾਲ, ਅਤੇ ਉਹ ਇਹਨਾਂ ਨਾਲ ਵੀ ਜਿਹਨਾਂ ਦੇ ਨੁਮਾਇੰਦੇ 5 ਜਿਹੜੇ ਆ ਉਹ ਕਹਿੰਦੇ ਚੰਡੀਗੜ੍ਹ ਸਵੇਰੇ 9:30 ਵਜੇ ਆ ਜਾਓ, ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਉਹ ਉੱਥੇ ਆਪਣੇ ਕੋਲ ਬੈਠ ਕੇ ਇਹਨਾਂ ਦੀਆਂ ਜਿਹੜੀਆਂ ਉਹ ਡਿਸਾਈਡ ਕੀਤੀਆਂ ਜਾਣਗੀਆਂ। ਪ੍ਰਾਈਮ ਨਿਊਜ਼ 24 ਕੇ ਲਈ ਜਤਿੰਦਰ ਕੁੰਦਲ ਕੀ ਰਿਪੋਰਟ।